ਬਿਕੋਜ਼ ਆਫ ਇੱਕ ਦਿਨ ਜਦ ਮਰ ਜਾਣਾ ਨਾ ਹੂੰ ਇਦਾਂ ਪਈ ਹੋਣੀ ਲਾਸ਼ ਹੂੰ ਟੱਬਰ ਬੈਠਾ ਹੋਣਾ ਵਾ ਹੂੰ ਉਹਨੇ ਕਿਹਾ ਨਿਆਣੇ ਰੋਂਦਿਆਂ ਚੱਕ ਕੇ ਲੈ ਜਾਓ ਉੱਥੇ ਫੂਕੇ ਉਹਨਾਂ ਕੁਝ ਨਹੀਂ ਜਾਣਾ ਨਾ ਕਿੱਥੇ ਵਿਊਜ਼ ਗਏ ਕਿੱਥੇ ਇੰਸਟਾਗ੍ਰam ਗਿਆ ਸੋਸ਼ਲ ਮੀਡੀਆ ਨੇ ਨਾ ਸਭ ਨੂੰ ਪਾਗਲ ਬਣਾ ਦਿੱਤਾ ਵਾ ਪਿੱਛੇ ਜੇ ਤੁਹਾਡੀ ਇੱਕ ਬਦਰੀਲ ਵਾਇਰਲ ਹੋਈ ਸੀ ਲਗਭਗ 3 ਮਿਲੀਅਨ ਤੋਂ ਪਲੱਸ ਵਿਊ ਆਏ ਉਹਨਾਂ ਦੇ ਰੀਲ ਦੇ ਵਿੱਚ ਕੀ ਸੀਗਾ ਮਤਲਬ ਕਿ ਤੁਸੀਂ ਕੋਲਿਪ ਲਾਉਣਾ ਤਾਂ ਲੱਗਦਾ ਵਾ ਆਪ ਦੱਸੋ ਫਾਜੀ ਸੋਨੇ ਸਰਦਾਰ ਹੋ ਤੁਸੀਂ ਵਧੀਆ ਮਤਲਬ ਹੁੰਦਾ ਨਾ ਕਿ ਇੱਕ ਬੰਦੇ ਦਾ ਪਤਾ ਲੱਗ ਜਾਂਦਾ ਹੈ ਨਸ਼ੇ ਵਾਲਾ ਬੰਦਾ ਮੈਂ ਦੂਰੋਂ ਪਛਾਣਦਾ ਕਿ ਹਾਂ ਯਾਰੇ ਬੰਦਾ ਗੜਬੜ ਹੈਗੀ ਹੈ ਉਹ ਕੂਲ ਨੇਪਾਲਾ ਤਾਂ ਵੈਸੇ ਹੀ ਬੋਲੇ ਜਾਂ ਉੱਥੇ ਚੱਕਿਆ ਹੁੰਦਾ ਪੂਰਾ ਪਰ ਐਦਾਂ ਤਾਂ ਮੈਨੂੰ ਤਾਂ ਕੁਝ ਨਹੀਂ ਲੱਗਾ ਮੈਨੂੰ ਇੰਨੇ ਕਮੈਂਟ ਆਉਂਦੇ ਆ ਕਿੰਨਾ ਕੁਝ ਬਕਵਾਸ ਕਰਦੇ ਆ ਸੱਚ ਥੋੜੀ ਆ ਉਹ ਨਹੀਂ ਹੈ ਨਾ ਕਦੀ ਮੈਂ ਉਹ ਚੀਜ਼ ਤੱਕ ਗਿਆ ਹੀ ਨਹੀਂ ਉਹ ਚੀਜ਼ਾਂ ਕਿਸੇ ਬਾਰੇ ਸੋਚਿਆ ਹੀ ਨਹੀਂ ਉਹ ਮੇਰੇ ਬਾਰੇ ਲੋਕੀ ਸੋਚਦੇ ਪਏ ਮੈਨੂੰ ਨਾਲ ਕੋਈ ਮਤਲਬ ਨਹੀਂ ਠੀਕ ਹੈ 20 ਸਾਲ ਦੇ ਬੱਚੇ ਉੱਤੇ ਏਡੀ ਵੱਡੀ ਤੋਹਮਤ ਲਾਈ ਜਾਵੇ ਤੂੰ ਆ ਕਰਦਾ ਮਿਆਂ। ਐਂਡ ਬੰਦਾ ਵੀ ਸਰਦਾਰ ਹੋਏ ਪੁੱਛਣ ਵਾਲਾ। ਕੀ ਬਿੱਤੂ ਕੀ ਤੁਹਾਡੇ ਉੱਤੇ? ਹੁਣ ਪੰਜਾਬੀ ਪੰਜਾਬੀ ਨੂੰ ਮਾਰਦਾ ਹੁਣ ਅਸੀਂ ਕਵਾਂਗੇ। ਮੇਰੇ ਤਾਂ ਉਮਰ ਚ ਬਹੁਤ ਵੱਡੇ ਹੋਣੇ ਆ ਪਰ ਅਕਲ ਤੋਂ ਨਹੀਂ। ਹਮ ਜਿੰਨੀ ਕੱਕਲ ਹਨਾ ਉੰਨੀ ਕ ਵਰਤੀ ਉਸ ਇਨਸਾਨ ਨੇ। ਵਿਊਜ਼ ਤਾਂ ਆ ਗਏ ਇੰਸਟਾਗ੍ਰam ਸਭ ਕੁਝ ਹੋ ਗਿਆ ਹਾਈਪੀ ਹੋ ਗਈ। ਜੋ ਚੁੰਦਸੀ ਹੋ ਗਿਆ ਬਦਨਾਮ ਹੋਣਾ ਸੀ ਮੈਂ ਹੋ ਗਿਆ ਬਟ ਕਿਤੇ ਨਾ ਕਿਤੇ ਉਹਨੂੰ ਲੇਖਾ ਦੇਣਾ ਪੈਣਾ ਵੇ ਇਸ ਚੀਜ਼ ਦਾ ਇਹਨਾਂ ਨੂੰ ਲੱਗਦਾ ਕੀ ਮਤਲਬ ਕਿ ਅਸੀਂ ਉਹਨੂੰ ਬਦਨਾਮ ਕਰਦੇ ਪਏ ਕੁਝ ਕਹਿੰਦੇ ਨਹੀਂ ਹੋ ਗਿਆ ਮੇਰੀ ਇੱਕ ਬਦਦੁਆ ਹੀ ਬਹੁਤ ਆ ਮੈਂ ਹਰ ਇੱਕ ਨੂੰ ਦੁਆ ਨਾ ਹਰ ਇੱਕ ਦੀ ਰਿਸਪੈਕਟ ਕਰਦਾ ਹਰ ਇੱਕ ਰੱਬ ਦੇ ਦਰ ਤੇ ਜਾ ਕੇ ਇੰਨਾ ਇੱਜ਼ਤ ਮਾਣ ਮਤਲਬ ਕਿ ਸਾਰੇ ਦਾ ਭਲਾ ਮੰਗਦਾ ਵਾਂ ਬਟ ਮੈਂ ਕਿਤੇ ਨਾ ਟੁੱਟ ਜਾਂਦਾ ਵਾਂ ਬਟ ਹੁਣ ਮੈਂ ਸਾਰਿਆਂ ਨੂੰ ਬਦਦੁਆ ਹੀ ਦਊਂਗਾ ਜਿਹੜੇ ਮੈਂ ਨਹੀਂ ਸਭ ਕੁਝ ਕਹਿੰਦੇ ਹਾਂ ਕਿ ਮੈਂ ਕਿਸੇ ਬਾਰੇ ਨਹੀਂ ਸੋਚਦਾ ਮੇਰੇ ਬਾਰੇ ਕਿਉਂ ਬੋਲ ਜਵੇ ਇਦਾਂ ਕੋਈ ਤਉਨੇ ਪੋਡਕਾਸਟ ਦੇ ਵਿੱਚ ਬੁਲਾ ਕੇ ਮਤਲਬ ਕੀ ਉਹ ਕੰਟੈਂਟ ਲੈਣੇ ਹੁੰਦੇ ਨੇ ਨਾ ਘਰ ਆਇਆ ਅੰਮਾ ਜਾਇਆ ਸਹੀ ਗੱਲ ਹੈ ਠੀਕ ਹੈ ਨਾ ਤੁਸੀਂ ਆਪਣੇ ਮਤਲਬ ਕੀ ਘਰ ਬੁਲਾ ਕੇ ਉਹਨੂੰ ਇਹ ਸਭ ਕੁਝ ਕਰਦੇ ਪਏ ਹੋ ਕੀ ਹਾਂ ਸਿਰਫ ਇੱਕ ਈਵੈਂਟਸ ਵਾਸਤੇ ਚਾਰ ਦਿਨ ਦੀ ਚਾਨਣੀ ਫਿਰ ਹਰੀ ਰੀਤ ਇੱਕ ਮਹੀਨਾ ਚੱਲੂਗੀ ਦੋ ਮਹੀਨਾ ਚੱਲੂਗੀ ਤਿੰਨ ਮਹੀਨਾ ਚੱਲੂਗੀ ਚੌਥੇ ਮਹੀਨੇ ਤਾਂ ਬੰਦ ਹੋਈ ਜਾਣੀ ਗਲਤ ਹੈ ਮੇਰੀਆਂ 32 ਤੋਂ 2 ਮਿਲੀਅਨ ਵੀਡੀਓਜ਼ ਗਈਆਂ ਹੋਈਆਂ ਹਨ ਡਾਂਸ ਦੀਆਂ 32 36 ਮਿਲੀਅਨ ਗਈਆਂ ਹੋਈਆਂ ਦੇਖੀਏ ਉਹ ਵੀ 4 ਦਿਨ ਦੀ ਚਾਨਣੀ ਨਹੀਂ ਸੀ ਨਾ ਹੂੰ ਠੀਕ ਹੈ ਮੈਨੂੰ ਉਸ ਚੀਜ਼ ਦਾ ਕੋਈ ਘਮੰਡ ਨਹੀਂ ਹੈਗਾ ਮੈਨੂੰ ਕੁਝ ਵੀ ਨਹੀਂ ਹੈਗਾ ਉਸ ਚੀਜ਼ ਦਾ ਹੂੰ ਬਿਕੋਜ਼ ਆਫ ਇੱਕ ਦਿਨ ਜਦ ਮਰ ਜਾਣਾ ਨਾ ਹੂੰ ਇਦਾਂ ਪਈ ਹੋਣੀ ਲਾਸ਼ ਹੂੰ ਟੱਬਰ ਬੈਠਾ ਹੋਣਾ ਵਾ ਹੂੰ ਉਹਨੇ ਕਿਹਾ ਨਿਆਣੇ ਰੋਂਦਿਆਂ ਚੱਕ ਕੇ ਲੈ ਜਾਓ ਉੱਥੇ ਫੂਕੇ ਉਹਨਾਂ ਕੁਝ ਨਹੀਂ ਲੈਣਾ ਨਾ ਕਿੱਥੇ ਵਿਊਜ਼ ਗਏ ਕਿੱਥੇ ਇੰਸਟਾਗ੍ਰam ਗਿਆ ਸੋਸ਼ਲ ਮੀਡੀਆ ਨੇ ਨਾ ਸਭ ਨੂੰ ਪਾਗਲ ਬਣਾ ਦਿੱਤਾ ਵਾ ਔਰ ਜੇ ਮੈਂ ਆਪਣੀ ਵੀਡੀਓਸ ਪਾਉਂਦਾ ਮੈਂ ਡੇਲੀ ਜਾਂ ਦੋ ਵੀਡੀਓਸ ਪਾਉਂਦਾ ਹਾਂ ਡੇਲੀ ਜਾਂ ਦੋ ਵੀਡੀਓਸ ਮੈਨੂੰ ਲਤ ਲੱਗ ਗਈ ਹੈ ਕਿ ਹਾਂ ਵੀਡੀਓਸ ਪਾਉਣੀ ਆ ਕਿਉਂਕਿ ਉਹਦੇ ਨਾਲ ਮੈਨੂੰ ਕੰਮ ਆਊਗਾ ਜੀ ਠੀਕ ਹੈ ਕਿ ਹਾਂ ਮੈਨੂੰ ਕੰਮ ਆਊਗਾ ਮੈਨੂੰ ਇਹ ਨਹੀਂ ਕਿ ਵਿਊਜ਼ ਆਉਣਗੇ ਕੁਝ ਨਹੀਂ ਮੈਂ ਨੰਬਰ ਦਿੱਤਾ ਹੋਇਆ ਇੰਸਟਾਗ੍ਰam ਤੇ ਠੀਕ ਹੈ ਮੈਨੂੰ ਕੰਮ ਆਊਗਾ ਤੇ ਮੈਂ ਕੰਮ ਕਰੂੰਗਾ ਜੇ ਅੱਜ ਵੀ ਤੱਕ ਪਹੁੰਚਿਆ ਹਾਂ ਇੰਸਟਾਗ੍ਰam ਤੋਂ ਕੰਮ ਆਇਆ ਤੇ ਤਿੱਥ ਤੱਕ ਪਹੁੰਚੇ ਹਾਂ ਠੀਕ ਹੈ ਮੈਨੂੰ ਵਿਊਜ਼ ਦਾ ਕੋਈ ਲਾਲਚ ਨਹੀਂ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਨਾ ਮੈਨੂੰ ਇਹ ਹੈ ਕਿਸ ਨੰਬਰ ਰੀਲ ਕੋ ਤੋ ਕੰਮ ਆਉਂਦਾ ਪਿਆ ਮੇਰੀ ਚੰਗੀ ਚੰਗੀ ਇਨਕਮ ਆਉਂਦੀ ਵੀ ਸਭ ਕੁਝ ਹੁੰਦਾ ਪਿਆ ਵਾ ਜਿੰਨਾ ਮੈਂ ਆਪਣਾ ਟੱਬਰ ਪਾਲਦਾ ਪਿਆ ਆਪਣਾ ਪਾਲਦਾ ਪਿਆ ਕਿਉਂਕਿ ਮੈਨੂੰ ਦੇਣ ਵਾਲਾ ਕੋਈ ਨਹੀਂ ਹੈਗਾ ਉਸ ਵਾਇਗਰੂ ਤੋਂ ਲਾ